ਤਕਵਾ ਰੱਖ ਕੇ ਮੀਆਂ ਮੀਰ ਦਾ ਤੇ ਚੱਲ ਦਵਾਰਾ ਮਲੀਏ ਤੇ ਮੈਂ ਨੀ ਵਾਂ ਮੇਰਾ ਮੁਰਸ਼ਦ ਉੱਚਾ ਉੱਚੀਆਂ ਦੇ ਸੰਗ ਲਾਏ ਸਦਕੇ ਜਾਵਾਂ ਨਾ ਉੱਚੀਆਂ ਕੋਲੋਂ ਜਿਨ੍ਹਾਂ ਨੀਵੀਆਂ ਨਾਦ ਨਿਭਾਈ। ਵਾਲੇਕੁਮ ਸਲਾਮ ਵਰਹਿਮਤੁਲਾਹੀ ਵਬਰਕਾਤ। ਸਤਿ ਸ਼੍ਰੀ ਅਕਾਲ ਤਮਾਮ ਦੇਖਣ ਵਾਲਿਆਂ ਨੂੰ। ਸਾਈਂ ਹਜ਼ਰਤ ਮੀਆਂ ਮੀਰ ਸਾਹਿਬ ਦੇ ਦਰਬਾਰ ਤੋਂ ਸਾਈਂ ਅਲੀ ਰਜ਼ਾ ਦਾ ਸਲਾਮ ਕਬੂਲ ਹੋਵੇ। ਹਜ਼ਰਤ ਸਾਈਂ ਮੀਆਂ ਮੀਰ ਸਰਕਾਰ ਆਪਦੇ ਵਾਲਿਦ ਮਾਜਿਦ ਸਾਈਂ ਕਾਜ਼ੀ ਡੀਨੋ ਦੇ ਨਾਮ ਨਾਲ ਆਪ ਨੂੰ ਪੁਕਾਰਿਆ ਜਾਂਦਾ ਸੀ ਔਰ ਵਾਲਦਾ ਸਾਹਿਬਾ ਦਾ ਨਾਮ ਬੀਬੀ ਫਾਤਿਮਾ ਸੀ। ਕਾਜ਼ੀ ਸਾਈਂ ਡੀਨੋ ਔਰ ਬੀਬੀ ਫਾਤਿਮਾ ਬਹੁਤ ਰੱਬ ਵਾਲੇ ਸਨ ਔਰ ਰੱਬ ਦੇ ਹਜ਼ੂਰ ਉਹਨਾਂ ਦਾ ਇੱਕ ਬੜਾ ਮੁਕਾਮ ਸੀ। ਬੀਬੀ ਫਾਤਿਮਾ ਜੋ ਕਿ ਹਰ ਵਕਤ ਇਬਾਦਤ ਔਰ ਰਿਆਜ਼ਾਤ 'ਚ ਰਹਿੰਦੇ ਸਨ ਔਰ ਆਪਣੇ ਵਾਲਿਦ ਗਿਰਾਮੀ ਕੇ ਫੈਜ਼ ਕੇ ਅਮੀਨ ਥੇ। ਬੀਬੀ ਫਾਤਿਮਾ ਆਪਣੇ ਤਮਾਮ ਤਰ ਮਾਮਲਾਤ ਆਸਨ ਅੰਦਾਜ਼ ਨਾਲ ਅੰਜਾਮ ਦਿੰਦੇ ਸਨ ਔਰ ਉਹਦੇ ਨਾਲ ਨਾਲ ਰੱਬ ਨਾਲ ਵੀ ਲੋ ਉਹਨਾਂ ਦੀ ਬਹੁਤ ਬਹੁਤ ਜ਼ਿਆਦਾ ਸੀ। ਆਪ ਦੀ ਖੁਆਇਸ਼ ਸੀ ਕਿ ਰੱਬ ਮੈਨੂੰ ਇੱਕ ਐਸਾ ਬੱਚਾ ਦੇਵੇ ਜਿਹੜਾ ਮੇਰੇ ਫੈਜ਼ ਦਾ, ਜਿਹੜਾ ਮੇਰੀ ਰੂਹਾਨੀਅਤ ਦਾ, ਜਿਹੜੇ ਰੱਬ ਨਾਲ ਮੇਰੇ ਮਾਮਲਾਤ ਦਾ ਅਮੀਨ ਹੋਏ। ਆਪ ਦੀ ਖੁਆਇਸ਼ ਸੀ ਔਰ ਪਰਵਰਦਿਗਾਰੇ ਆਲਮ ਨੇ ਆਪ ਦੇ ਘਰ ਉਮੀਦ ਲਗਾਈ ਕਿ ਆਪ ਨੂੰ ਔਲਾਦ ਦੀ ਦੌਲਤ ਨਾਲ ਮਾਲਾ ਮਾਲ ਫਰਮਾਇਆ। ਕਾਜ਼ੀ ਸਾਈਂ ਡੀਨੋ ਬੀਬੀ ਫਾਤਿਮਾ ਕੋਲ ਪਹੁੰਚੇ ਔਰ ਪਹੁੰਚ ਕੇ ਜਦੋਂ ਦੇਖਿਆ ਕਿ ਫਾਤਿਮਾ ਮੁਬਾਰਕ ਹੋਏ ਕਿ ਰੱਬ ਨੇ ਸਾਨੂੰ ਬੇਟਾ ਦਿੱਤਾ, ਤੇ ਬੀਬੀ ਫਾਤਿਮਾ ਉਹਨਾਂ ਨੂੰ ਦੇਖ ਕੇ, ਬੱਚੇ ਨੂੰ ਦੇਖ ਕੇ ਇੱਕ ਦਫ਼ਾ ਖਾਮੋਸ਼ ਹੋ ਗਈ। ਫਰਮਾਇਆ ਕਿ ਇਹ ਵੋ ਨਹੀਂ ਜਿਸ ਕੀ ਮੈਂ ਉਮੀਦ ਕਰਤੀ ਹੂੰ। ਫਿਰ ਇਸ ਕੇ ਸਾਥ ਸਾਥ ਵਕਤ ਗੁਜ਼ਰਤਾ ਗਿਆ। ਉਹਨਾਂ ਨੇ ਦੁਆ ਕੀ ਕਿ ਪਰਵਰਦਿਗਾਰ ਹਮੇਂ ਵੋ ਬੱਚਾ ਅਤਾ ਫਰਮਾ ਜੋ ਮੁਕਾਮ ਓ ਮੰਜ਼ਿਲਤ ਮੇਂ ਤੇਰੇ ਬਹੁਤ ਕਰੀਬ ਹੋ, ਤੇਰੇ ਬਹੁਤ ਸੇ ਮਾਮਲਾਤ ਕਾ ਅਮੀਨ ਹੋ, ਜਿਹਦੇ 'ਚ ਤੇਰੀ ਨਿਗਾਹ ਬਹੁਤ ਸਵੱਲੀ ਹੋਏ, ਜਿਹੜਾ ਤੈਨੂੰ ਰਾਜ਼ੀ ਹੋ ਜਾਏ ਔਰ ਜਿਹਦੇ ਤੋਂ ਤੂੰ ਰਾਜ਼ੀ ਹੋ ਜਾਏ। ਰੱਬਾ ਮੈਨੂੰ ਇਹੋ ਜਿਹਾ ਬੱਚਾ ਅਤਾ ਫਰਮਾ। ਰੱਬ ਨੇ ਆਪ ਜੀ ਦੀ ਸੁਣੀ ਔਰ ਵਕਤ ਗੁਜ਼ਰਦਾ ਗਿਆ। ਬੀਬੀ ਫਾਤਿਮਾ ਦੇ ਘਰ ਫਿਰ ਔਲਾਦ ਦੀ ਉਮੀਦ ਪੈਦਾ ਹੋਈ ਅਤੇ ਹੁਣ ਜਿਹੜਾ ਬੱਚਾ ਹੋਇਆ ਆਪ ਦੇ ਘਰ ਉਹਨੂੰ ਦੇਖ ਕੇ ਆਪ ਨਿਹਾਲ ਹੋ ਗਈ ਔਰ ਫਰਮਾਇਆ ਇਹ ਉਹੀ ਹੈ ਜਿਹਦੀ ਮੈਨੂੰ ਤਲਬ ਸੀ, ਜਿਹਦੀ ਮੈਨੂੰ ਖੁਆਇਸ਼ ਸੀ। ਸੋ ਆਪ ਦਾ ਨਾਮ ਮੀਰ ਮੁਹੰਮਦ ਤਜਵੀਜ਼ ਕੀਤਾ ਗਿਆ। ਡਾਲੀ ਡਾਲੀ ਤੇਰੀ ਤਖਲੀਕ ਕੇ ਗੁਣ ਗਾਤੀ ਹੈ, ਪੱਤਾ ਪੱਤਾ ਤੇਰੀ ਕੁਦਰਤ ਕਾ ਪਤਾ ਦੇਤਾ, ਪੱਤਾ ਪੱਤਾ ਤੇਰੀ ਕੁਦਰਤ ਕਾ ਪਤਾ ਦੇਤਾ ਹੈ। ਹਜ਼ਰਤ ਮੀਆਂ ਮੀਰ ਸਾਹਿਬ ਬਚਪਨ ਤੋਂ ਹੀ ਆਪਣੇ ਦਾਦਾ ਕਾਜ਼ੀ ਸਾਈਂ ਕਲੰਦਰ ਔਰ ਆਪਣੇ ਨਾਨਾ ਦੇ ਫੈਜ਼ ਦੇ ਔਰ ਬਿਲਖਸੂਸ ਆਪਣੇ ਵਾਲਿਦੈਨ ਦੇ ਫੈਜ਼ ਦੇ ਅਮੀਨ ਸਨ। ਆਪ ਦੀ ਇਬਾਦਤ ਔਰ ਰਿਆਜ਼ਾਤ ਦਾ ਆਲਮ ਬਚਪਨ ਤੋਂ ਹੀ ਸ਼ੁਰੂ ਹੋ ਗਿਆ ਸੀ। ਹਜ਼ਰਤ ਮੀਆਂ ਮੀਰ ਸਾਹਿਬ ਆਪ ਸਰਕਾਰ ਨੇ ਜਦੋਂ ਜ਼ਾਹਿਰੀ ਅਲੂਮ ਹਾਸਿਲ ਕਰਨਾ ਚਾਹੇ ਤੇ ਕਰੀਬ ਹੀ ਮਦਰਸੇ ਤੋਂ ਸਕੂਲ ਤੋਂ ਆਪਣੇ ਜਿਹੜੇ ਉਸ ਟਾਈਮ ਰਾਇਦ ਸਨ ਉਹਨਾਂ ਤੋਂ ਇਲਮ ਹਾਸਿਲ ਕਰਨਾ ਸ਼ੁਰੂ ਕੀਤਾ। ਜਦੋਂ ਉਧਰੋਂ ਆਪ ਆਪਣੇ ਤਮਾਮ ਤਰ ਅਲੂਮ ਤੇ ਅਬੂਰ ਹਾਸਿਲ ਕਰ ਲਿਆ, ਉਸ ਤੋਂ ਬਾਅਦ ਹਾਇਰ ਸਕੂਲ ਦਾ ਜਿਹੜਾ ਸੀ ਉਹ ਪ੍ਰੋਸੈਸ ਸ਼ੁਰੂ ਹੋਇਆ। ਉਹਦੇ ਵਾਸਤੇ ਚਿਲਟਾ ਬੋਇਕ ਤੋਂ ਆਪ ਦੇ ਹਾਇਰ ਸਕੂਲ ਦਾ ਉੱਥੋਂ ਤਾਲੁਕ ਸ਼ੁਰੂ ਹੋਇਆ। ਤੋਂ ਸੇਵਨ ਜਿਹੜਾ ਆਕੇ ਕਰੀਮ ਦਾ ਹਜ਼ਰਤ ਮੀਆਂ ਮੀਰ ਸਾਹਿਬ ਦਾ ਜਿੱਥੋਂ ਘਰ ਸੀ ਉੱਥੋਂ ਚਿਲਟਾ ਬੋਇਕ ਦੀ ਮੁਸਾਫਿਰ ਤਕਰੀਬਨ 2 ਪਹਿਰ ਦੀ ਸੀ, ਯਾਨੀ ਕਿ 2 ਪਹਿਰ ਲੱਗ ਜਾਂਦੇ ਸਨ ਉੱਥੇ ਜਾਣ ਲੱਗਿਆਂ। ਅਪਰੋਕਸੀਮੇਟਲੀ ਯੂ ਕੈਨ ਸੇ ਕਿ ਜੀ 6 ਘੰਟੇ ਲੱਗ ਜਾਂਦੇ। ਉਧਰੋਂ ਆਪ ਤੇ ਦਾਦਾ ਕਾਜ਼ੀ ਸਾਈਂ ਕਲੰਦਰ ਦੇ ਸ਼ਾਗਿਰਦ ਜਿਹੜੇ ਆਪਣੇ ਵਕਤ ਦੇ ਇਲਮਾਂ ਦੇ ਉੱਤੇ ਉਹਨਾਂ ਨੂੰ ਬਹੁਤ ਅਬੂਰ ਹਾਸਿਲ ਸੀ, ਉਹਨਾਂ ਨੂੰ ਬੁਲਾਇਆ ਗਿਆ ਔਰ ਬੀਬੀ ਫਾਤਿਮਾ ਨੇ ਕਾਜ਼ੀ ਸਾਈਂ ਕਲੰਦਰ ਦੀ ਰੂਹਾਨੀ ਪੇਸ਼ਨ ਗੋਈ ਦੇ ਤਹਿਤ ਹਜ਼ਰਤ ਮੀਆਂ ਮੀਰ ਸਾਹਿਬ ਨੂੰ ਉਹਨਾਂ ਦੇ ਹਵਾਲੇ ਕੀਤਾ। ਅਤੇ ਆਪ ਦੇ ਜਿਹੜੇ ਉਸਤਾਦ ਸਨ ਉਹਨਾਂ ਨੇ ਕਿਹਾ ਕਿ ਮੈਂ ਬਹੁਤ ਖੁਸ਼ਨਸੀਬ ਹਾਂ ਕਿ ਮੈਨੂੰ ਮੀਰ ਮੁਹੰਮਦ ਦੇ ਦਾਦਾ ਦਾ ਪੜ੍ਹਾਇਆ ਹੋਇਆ ਇਲਮ ਅੱਜ ਮੈਂ ਇਹਨਾਂ ਨੂੰ ਦੇਵਾਂਗਾ, ਇਸ ਤੋਂ ਵੱਧ ਮੇਰੀ ਖੁਸ਼ਕਿਸਮਤੀ ਦੀ ਹੋਰ ਕੀ ਇੰਤਹਾ ਹੋ ਸਕਦੀ ਹੈ। ਅਰਜ਼ ਕੀਤੀ, ਬੀਬੀ ਜੇ ਤੁਸੀਂ ਚਾਹੋ ਤਾਂ ਮੈਂ ਆਪਣਾ ਉਹ ਮਦਰਸਾ ਜਿਹੜਾ ਚਿਲਟਾ ਬੋਇਕ 'ਚ ਹੈ ਉਹਨੂੰ ਸ਼ਿਫਟ ਕਰ ਲੈਂਦਾ ਹਾਂ 7 'ਚ, ਤਾਂ ਕਿ ਮੀਰ ਮੁਹੰਮਦ ਨੂੰ ਆਉਣ ਜਾਣ ਦੀ ਕੋਈ ਮਸਲਾ ਨਾ ਹੋਏ। ਸੈਕਿੰਡ ਆਪਸ਼ਨ ਇਹ ਹੈ ਜਾਂ ਤਾਂ ਮੀਰ ਮੁਹੰਮਦ ਨੂੰ ਮੈਂ ਨਾਲ ਲੈ ਜਾਂਦਾ,
ਉੱਥੇ ਮੇਰੇ ਕੋਲ ਤਾਲੀਮ ਹਾਸਿਲ ਕਰਨ ਜਿਸ ਤਰ੍ਹਾਂ ਤੁਸੀਂ ਮੁਨਾਸਿਬ ਸਮਝੋ। ਅਕੋਰਡਿੰਗ ਟੂ ਹਿਸਟਰੀ ਕਦੀ ਅਲੋਪ ਨਹੀਂ ਹੋ ਸਕਦੀ, ਹਰ ਜਗ੍ਹਾ ਉਹਨੂੰ ਦੇਖਿਆ ਜਾ ਸਕਦਾ, ਹਰ ਜਗ੍ਹਾ ਮਿਲਦੀ ਹੈ। ਬੀਬੀ ਫਾਤਿਮਾ ਨੇ ਫਰਮਾਇਆ ਕਿ ਤੁਸੀਂ ਇਸ ਮਾਮਲੇ 'ਚ ਫਿਕਰ ਨਾ ਕਰੋ ਕਿ ਮੈਨੂੰ ਕਾਜ਼ੀ ਸਾਈਂ ਕਲੰਦਰ ਵੱਲੋਂ ਮੀਆਂ ਮੀਰ ਦੀ ਸਵਾਰੀ ਦਾ ਬੰਦੋਬਸਤ ਹੋ ਚੁੱਕਿਆ ਹੈ। ਸੋ ਮੀਆਂ ਮੀਰ ਰੋਜ਼ਾਨਾ ਪਾਠ ਆ ਕਰ ਤਾਲੀਮ ਹਾਸਿਲ ਕਰਨਗੇ ਔਰ ਉਧਰੋਂ ਵਾਪਸ ਆ ਜਾਏਗਾ। ਇਸ ਵਾਸਤੇ ਇੱਕ ਘੋੜਾ ਜੋ ਕਿ ਇੰਤਹਾਈ ਕੁਵਤਾਂ ਦਾ, ਇੰਤਹਾਈ ਸ਼ਕਤੀਆਂ ਦਾ ਹਾਮਿਲ ਹੈ, ਉਹ ਕਾਜ਼ੀ ਸਾਈਂ ਕਲੰਦਰ ਵੱਲੋਂ ਅਤਾ ਕੀਤਾ ਜਾ ਚੁੱਕਿਆ ਹੈ। ਹਜ਼ਰਤ ਮੀਆਂ ਮੀਰ ਸਾਹਿਬ ਸਵੇਰੇ ਫਜਰ ਦੇ ਵੇਲੇ ਯਾਨੀ ਕਿ ਅੰਮ੍ਰਿਤ ਵੇਲੇ ਘਰੋਂ ਨਿਕਲਦੇ ਔਰ ਕੁਛ ਹੀ ਪਲੋਂ ਮੇਂ ਵਹਾਂ ਪਹੁੰਚ ਜਾਤੇ, ਆਪਣੀ ਤਾਲੀਮਾਤ ਹਾਸਿਲ ਕਰਤੇ ਔਰ ਸ਼ਾਮ ਮਗਰਬ ਯਾਨੀ ਕਿ ਰਹਿ ਰਾਸ ਵੇਲੇ ਆਪ ਵਾਪਸ ਤਸ਼ਰੀਫ ਲੈ ਆਉਂਦੇ ਔਰ ਆਪਣੇ ਤਮਾਮ ਤਰ ਅਮੂਰ ਸਰ ਅੰਜਾਮ ਦਿੰਦੇ। ਹਜ਼ਰਤ ਮੀਆਂ ਮੀਰ ਸਾਹਿਬ ਨੇ ਜਦੋਂ ਜ਼ਾਹਿਰੀ ਤਾਲੀਮ ਮੁਕੰਮਲ ਕੀਤੀ, ਫਿਰ ਇਬਾਦਤ ਇਲਾਹੀ ਦੇ ਉਹ ਮਨਾਜ਼ਰ ਸਨ, ਉਹ ਮਾਮਲਾਤ ਸਨ ਜਿਹੜੇ ਰੋਜ਼ੇ ਰੋਸ਼ਨ ਦੀ ਤਰ੍ਹਾਂ ਆਇਆ ਤੋ ਆਇਆ ਹੁੰਦੇ ਚਲੇ ਗਏ ਔਰ ਆਪ ਜ਼ਿਕਰ ਇਲਾਹੀ ਮੇਂ ਇਸ ਕਦਰ ਮਸ਼ਗੂਲ ਔਰ ਇਸ ਕਦਰ ਮਸਰੂਫ ਹੋ ਗਏ ਕਿ ਜ਼ਿਕਰ ਇਲਾਹੀ ਕੀ ਬਦੌਲਤ ਹਜ਼ਰਤ ਮੀਆਂ ਮੀਰ ਸਾਹਿਬ ਜਬ ਜ਼ਿਕਰ ਮੇਂ ਐਸੇ ਮਗਨ ਹੋਏ ਕਿ ਆਪਕੇ ਜ਼ਿਕਰ ਕੀ ਆਵਾਜ਼ ਇਸ ਕਦਰ ਬੁਲੰਦ ਹੋ ਜਾਤੀ ਤੋ ਆਪਕੀ ਵਾਲਦਾ ਸਾਹਿਬਾ ਨੇ ਫਰਮਾਇਆ ਕਿ ਇਸਕੋ ਬਰਦਾਸ਼ਤ ਕੀਆ ਕਰੋ, ਇਹਨੂੰ ਕੰਟਰੋਲ ਕਰਿਆ ਕਰੋ, ਜੇ ਕੰਟਰੋਲ ਨਹੀਂ ਹੁੰਦਾ ਤਾਂ ਤੁਸੀਂ ਕੁਛ ਖੁੱਲ੍ਹੇ ਮੈਦਾਨ ਵੱਲ ਯਾਨੀ ਕਿ ਜੰਗਲਾਤ ਵੱਲ, ਸ਼ਹਿਰੀ ਆਬਾਦੀ ਤੋਂ ਦੂਰ ਜਾ ਕੇ ਰੱਬ ਦੇ ਜ਼ਿਕਰ 'ਚ ਮਗਨ ਹੋ ਜਾਇਆ ਕਰੋ। ਆਹਿਸਤਾ ਆਹਿਸਤਾ ਰੱਬ ਵੱਲ ਲੋ ਵੱਧਦੀ ਗਈ ਔਰ ਜ਼ਿਕਰ ਦਾ ਨੂਰ ਆਪਦੇ ਕਲਬ 'ਚ ਸਮਾਉਂਦਾ ਗਿਆ ਔਰ ਆਪ ਅੱਗੇ ਤੋਂ ਅੱਗੇ ਰੱਬ ਵੱਲ ਪਰਵਾਨ ਕਰਦੇ ਗਏ, ਰੂਹਾਨੀਅਤ ਕੇ ਮਨਾਜ਼ਿਲ ਤੈਅ ਕਰਤੇ ਗਏ। ਤਲਾਸ਼ ਉਸ ਕੋ ਨਾ ਕਰ ਬੁਤੋ ਮੇ, ਅਰੇ ਵੋ ਹੈ ਬਦਲਤੀ ਹੋਈ ਰੁਤੋ ਮੇ। ਤਲਾਸ਼ ਉਸ ਕੋ ਨਾ ਕਰ ਬੁਤੋ ਮੇ, ਵੋ ਹੈ ਬਦਲਤੀ ਹੋਈ ਰੁਤੋ ਮੇ। ਜੋ ਦਿਨ ਕੋ ਰਾਤ ਔਰ ਰਾਤ ਕੋ ਦਿਨ ਬਣਾ ਰਹਾ ਹੈ, ਵਹੀ ਖੁਦਾ ਵਹੀ ਖੁਦਾ ਹੈ। ਫਿਰ ਇੱਕ ਵਕਤ ਆਇਆ ਕਿ ਜਦੋਂ ਆਪਨੇ ਆਪਣੀ ਵਾਲਦਾ ਸਾਹਿਬਾ ਕੋਲੋਂ ਰੁਖਸਤ ਇਖਤਿਆਰ ਕੀਤੀ ਤੇ ਪੀਰੋ ਮੁਰਸ਼ਦ ਦੀ ਤਲਾਸ਼ ਵਾਸਤੇ ਨਿਕਲ ਖੜੇ ਹੋਏ। ਸਿਵਿਸਤਾਨ ਕੇ ਪਹਾੜੋਂ ਮੇਂ ਹਜ਼ਰਤ ਖਿਜ਼ਰ, ਆਪ ਦਾ ਨਾਮ ਹਜ਼ਰਤ ਖਿਜ਼ਰ ਬਿਆਬਾਨੀ ਸੀ, ਆਪ ਦੀ ਤਲਾਸ਼ 'ਚ ਨਿਕਲ ਪਏ। ਉਧਰ ਆਪ ਜਾਂਦੇ ਨੇ ਦੇਖਣੇ ਦੇ ਇੰਤਹਾਈ ਗਰਮ ਤੰਦੂਰ ਲਗਾ ਹੋਇਆ ਹੈ, ਮਗਰ ਵਹਾਂ ਪੇ ਕੋਈ ਮੌਜੂਦ ਨਹੀਂ ਹੈ। ਉਨ ਸਰਦੀਆਂ ਮੇਂ ਆਪ ਵਹਾਂ ਤੁਸੀਂ ਉੱਥੇ ਕਿਆਮ ਕਰਦੇ ਨੇ, ਕਿਆਮ ਕਰਦੇ ਕਰਦੇ ਇੱਕ ਪਹਿਰ ਗੁਜ਼ਰਦਾ ਹੈ ਅਤੇ ਦੇਖਦੇ ਨੇ ਕਿ ਇੰਤਹਾਈ ਉੱਚੇ ਲੰਬੇ ਜਵਾਨ ਜਿਨ੍ਹਾਂ ਨੇ ਸਿਰਫ ਇੱਕ ਲੰਗੋਟਾ ਬੰਨਿਆ ਹੋਇਆ ਹੈ, ਜਿਹਨੂੰ ਤਹਿਮਤ ਕਹੀਦੀ ਹੈ, ਧੋਤੀ ਕਹੀਦੀ ਹੈ, ਨਾਫ ਤੋਂ ਲੈ ਕੇ ਥੱਲੇ ਤੱਕ ਬੰਨੀਏ ਤੇ ਆ ਰਹੇ ਨੇ। ਆਪ ਉਹਨਾਂ ਦੇ ਅਦਬ 'ਚ ਖੜੇ ਹੁੰਦੇ ਨੇ। ਤਾਰੀਖ ਗਵਾਹ ਹੈ, ਹਜ਼ਰਤ ਖਿਜ਼ਰ ਅਬਦਾਲ ਬਿਆਬਾਨੀ ਆਪ ਦਾ ਨਾਮ ਸੀ। ਆਪਣੇ ਆਉਣ ਦਾ ਮਕਸਦ ਦਰਿਆਫਤ ਕੀਤਾ, ਹਜ਼ਰਤ ਮੀਆਂ ਮੀਰ ਸਾਹਿਬ ਨੇ ਫਰਮਾਇਆ ਕਿ ਮੈਂ ਆਪਦੇ ਬੈਤ ਹੋਣਾ ਚਾਹੁੰਦਾ। ਆਪਨੇ ਹਜ਼ਰਤ ਮੀਆਂ ਮੀਰ ਸਾਹਿਬ ਨੂੰ ਬੈਤ ਫਰਮਾਇਆ ਔਰ ਆਪਣੇ ਫੈਜ਼ ਨਾਲ ਨਵਾਜ਼ਿਆ। ਉਸ ਤੋਂ ਬਾਅਦ ਆਪ ਨੂੰ ਰੁਖਸਤ ਇਖਤਿਆਰ ਕੀਤੀ ਔਰ ਲਾਹੌਰ ਦੇ ਇਸ ਇਲਾਕੇ 'ਚ ਆ ਕੇ ਆਪਨੇ ਆਪਣੇ ਫੈਜ਼, ਆਪਣੀ ਰੂਹਾਨੀਅਤ ਔਰ ਇਹਨਾਂ ਤਮਾਮ ਤਰ ਮਾਮਲਾਤ ਨਾਲ ਸਭ ਨੂੰ ਨਵਾਜ਼ਨਾ ਸ਼ੁਰੂ ਕੀਤਾ। ਹਜ਼ਰਤ ਮੀਆਂ ਮੀਰ ਸਾਹਿਬ ਦੀ ਇਬਾਦਤ ਔਰ ਰਿਆਜ਼ਾਤ ਦੇ ਇਸ ਕਦਰ ਚਰਚੇ ਫੈਲਣਾ ਸ਼ੁਰੂ ਹੋ ਗਏ ਕੁਰਬੋ ਜਵਾਰ 'ਚ ਕਿ ਹਾਕਿਮ ਵਕਤ ਵੀ ਆ ਕਰ ਹਜ਼ਰਤ ਮੀਆਂ ਮੀਰ ਦੀ ਬਾਰਗਾਹ 'ਚ ਹਾਜ਼ਰੀ ਦੇਣਾ ਚਾਹੁੰਦਾ ਸੀ। ਅਤੇ ਇੱਕ ਬਹੁਤ ਹੀ ਮਸ਼ਹੂਰ ਵਾਕਿਆ ਹੈ, ਉਹਦੀ ਸਾਂਝ ਤੁਹਾਡੇ ਨਾਲ ਕਰਨਾ ਕਿ ਜਦ ਸ਼ਾਹਜਹਾਨ ਨੇ ਅਫਗਾਨਿਸਤਾਨ ਜਾਣਾ ਸੀ ਤਾਂ ਦਿੱਲੀ ਤੋਂ ਰਵਾਨਾ ਹੋਇਆ ਅਤੇ ਰਸਤੇ 'ਚ ਮੀਆਂ ਮੀਰ ਸਾਹਿਬ ਦੇ ਆਸਥਾਨੇ ਤੇ ਪਹੁੰਚਿਆ, ਆਪਦੇ ਘਰ ਪਹੁੰਚਿਆ ਜਿੱਥੇ ਆਪ ਕਿਆਮ ਪਜ਼ੀਰ ਸਨ। ਤਾਰੀਖ ਗਵਾਹ ਹੈ ਕਿ ਸ਼ਾਹਜਹਾਨ ਆਪਣੇ ਪੂਰੇ ਅਲਾਓ ਲਸ਼ਕਰ ਦੇ ਨਾਲ ਅਤੇ ਸ਼ਾਹਜਹਾਨ ਨੇ ਆ ਕੇ ਆਪਣਾ ਫਰਮਾਨਾ ਭਿਜਵਾਇਆ ਕਿ ਮੀਆਂ ਮੀਰ ਸਾਹਿਬ ਨਾਲ ਮੁਲਾਕਾਤ ਕਰਨਾ ਚਾਹੁੰਦੇ ਹਾਂ। ਅਤੇ ਉਸ ਵੇਲੇ ਸਾਈਂ ਹਜ਼ਰਤ ਮੀਆਂ ਮੀਰ ਸਾਹਿਬ ਆਪਣੀ ਇਬਾਦਤ ਔਰ ਰਿਆਜ਼ਾਤ 'ਚ ਮਸਰੂਫ ਸਨ।
ਤੇ ਬਾਹਰ ਇੱਕ ਦਰਬਾਨ ਬੈਠਾ ਸੀ, ਆਪਦਾ ਸੇਵਕ ਬੈਠਾ ਸੀ ਜਿਹੜਾ ਆਪ ਨੂੰ ਬਵਕਤ ਜ਼ਰੂਰਤ ਪਾਣੀ ਦੇ ਦੇਣਾ ਜਾਂ ਕੋਈ ਹੋਰ ਮਾਮਲਾਤ ਹੁੰਦੇ ਤਾਂ ਉਹ ਅੰਜਾਮ ਦਿੰਦਾ ਸੀ। ਜਦੋਂ ਬਾਦਸ਼ਾਹ ਦਾ ਵਜ਼ੀਰ ਉੱਧਰ ਪਹੁੰਚਿਆ, ਹਾਲਾਂਕਿ ਬਾਦਸ਼ਾਹ ਸਾਹਮਣੇ ਨਜ਼ਰ ਆ ਰਿਹਾ ਕਿ ਬਾਦਸ਼ਾਹ ਖੁਦ ਮੌਜੂਦ ਹੈ, ਅਤੇ ਉਹਨੇ ਕਿਹਾ ਕਿ ਅੰਦਰ ਦੱਸੋ ਕਿ ਸ਼ਾਹਜਹਾਂ ਹੈ। ਉਹ ਜਿਹੜਾ ਖਿਦਮਤਗਾਰ ਸੀ ਉਹਨੇ ਕਿਹਾ ਕਿ ਹਜ਼ਰਤ ਮੀਆਂ ਮੀਰ ਸਾਹਿਬ ਦੇ ਆਰਾਮ ਦਾ ਵਕਤ ਹੈ, ਅਸੀਂ ਫਿਲ ਵਕਤ ਆਪ ਨੂੰ ਆਪ ਦੀ ਇਸ ਮਖਸੂਸ ਪਹਿਰ 'ਚ, ਕਿਉਂਕਿ ਇਸ ਪਹਿਰ 'ਚ ਹਜ਼ਰਤ ਮੀਆਂ ਮੀਰ ਸਾਹਿਬ ਆਪਣੇ ਰੱਬ ਨਾਲ ਲੋ ਲਗਾ ਕੇ ਪੁਰਸਕੂਨ ਤਰੀਕੇ ਨਾਲ ਇਬਾਦਤ 'ਚ ਮਸਰੂਫ ਹੁੰਦੇ ਨੇ, ਅਤੇ ਆਪ ਦੀ ਇਬਾਦਤ ਦਾ ਵੇਲਾ, ਅਸੀਂ ਆਪ ਨੂੰ ਫਿਲ ਵਕਤ ਨਹੀਂ ਤੰਗ ਕਰ ਸਕਦੇ। ਉਹਨੇ ਕਿਹਾ, ਬਈ ਭਲਿਆ ਜਾ ਅੰਦਰ ਦੱਸ ਕਿ ਹਿੰਦੁਸਤਾਨ ਦਾ ਸ਼ਹਿਨਸ਼ਾਹ ਆਇਆ ਹੈ। ਉਹਨੇ ਕਿਹਾ, ਜੀ ਜੇ ਸ਼ਹਿਨਸ਼ਾਹ ਆਇਆ ਹੈ, ਕੋਈ ਵੀ ਆਇਆ ਹੈ, ਇਸ ਫਕੀਰ ਦੇ ਦਰਬਾਰ 'ਚ ਸਭ ਬਰਾਬਰ ਨੇ, ਉਹ ਇੰਤਜ਼ਾਰ ਕਰ ਲਏ। ਸਾਈਂ ਜੀ ਆਪਣੀ ਇਬਾਦਤ ਤੋਂ, ਆਪਣੀ ਰਿਆਜ਼ਤ ਤੋਂ, ਆਪਣੇ ਪਾਠ ਤੋਂ ਫਾਰਿਗ ਹੋ ਜਾਣਗੇ ਅਤੇ ਉਹ ਮਿਲ ਲੈਣਗੇ ਤੁਹਾਨੂੰ। ਇਹ ਪੈਗਾਮ ਸ਼ਾਹਜਹਾਂ ਤੀਕਰ ਪਹੁੰਚਾਇਆ ਗਿਆ ਅਤੇ ਸ਼ਾਹਜਹਾਂ ਨੇ ਲਿਖਿਆ, ਆਪਣੇ ਸੇਵਕ ਨੂੰ ਕਿਹਾ ਕਿ ਮੈਨੂੰ ਇੱਕ ਪੈਨਸਿਲ ਅਤੇ ਕਾਗਜ਼ ਲਿਆ ਕੇ ਦਿਓ। ਉਹਨੂੰ ਕਲਮ ਅਤੇ ਕਾਗਜ਼ ਦਿੱਤਾ ਗਿਆ ਅਤੇ ਉਹਨੇ ਲਿਖਿਆ ਕਿ ਬਰ ਦਰੇ ਦਰਵੇਸ਼ਾਂ ਦਰਬਾ ਨਾ ਭਾਇਰ, ਕਿ ਦਰਵੇਸ਼ੋਂ ਕੇ ਦਰ ਪੇ ਦਰਬਾਨ ਅੱਛਾ ਨਹੀਂ ਲੱਗਤਾ। ਮਗਰ ਜਦੋਂ ਮੀਆਂ ਮੀਰ ਸਾਹਿਬ ਉੱਠਣ ਅਤੇ ਉਹਨਾਂ ਨੂੰ ਦੇ ਦਿਆ ਜੇ, ਕਿਹਾ ਠੀਕ ਹੈ। ਸਾਈਂ ਮੀਆਂ ਮੀਰ ਸਾਹਿਬ ਆਪਣੀ ਇਬਾਦਤ ਤੋਂ ਫਾਰਿਗ ਹੋਏ ਅਤੇ ਖਿਦਮਤਗਾਰ ਨੇ ਉਹ ਰੁੱਕਾ ਜਿਹੜਾ ਸ਼ਾਹਜਹਾਂ ਦਾ ਸੀ ਉਹ ਦੇ ਦਿੱਤਾ ਕਿ ਜੀ ਹਾਕਮੇ ਵਕਤ ਆਇਆ ਸੀ, ਸ਼ਹਿਨਸ਼ਾਹ ਵਕਤ ਆਇਆ ਸੀ, ਆਪ ਦੀ ਇਬਾਦਤ ਦਾ ਟਾਈਮ ਸੀ ਉਹ ਅਤੇ ਉਹ ਨਹੀਂ ਮਿਲ। ਮਗਰ ਜਾਣ ਲੱਗਿਆ ਰੁੱਕਾ ਦੇ ਗਿਆ ਸੀ ਤੁਹਾਡੇ ਨਾਲ, ਉਹਦੇ 'ਚ ਲਿਖਿਆ ਸੀ ਕਿ ਆਪਣੇ ਪੜ੍ਹਿਆ ਦੇਖਿਆ, ਉਹਦੇ ਲਿਖਿਆ ਸੀ ਬਰ ਦਰੇ ਦਰਵੇਸ਼ਾਂ ਦਰਬਾਰ ਨਾ ਭਾਏ। ਆਪਣੇ ਕਿਹਾ ਅੱਛਾ। ਆਪਣੇ ਕਿਹਾ ਕਲਮ ਲੈ ਕੇ ਆਓ। ਕਲਮ ਮੰਗਵਾਇਆ ਗਿਆ, ਲਿਖ ਦਿੱਤਾ ਉਹਦੇ ਥੱਲੇ ਕਿ ਭਾਇਦ ਚੂ ਸਗੇ ਦੁਨੀਆ ਨਾ ਆਏ, ਕਿ ਅੱਛਾ ਲੱਗਤਾ ਹੈ ਤਾਂ ਕਿ ਦੁਨੀਆ ਕਾ ਕੁੱਤਾ ਅੰਦਰ ਨਾ ਆਏ। ਫਿਰ ਅਗਲੀ ਦਫ਼ਾ ਫਿਰ ਸ਼ਾਹਜਹਾਂ ਆਇਆ, ਉਹੀ ਵਕਤ ਉਹੀ ਸਮਾਂ ਸੀ, ਉਹਨੇ ਫਿਰ ਪੈਗਾਮ ਭਿਜਵਾਇਆ, ਫਿਰ ਉਹਨੂੰ ਉਹੀ ਪੈਗਾਮ ਮਿਲਿਆ ਕਿ ਸਾਈਂ ਜੀ ਇਸ ਟਾਈਮ ਇਬਾਦਤ 'ਚ ਮਸਰੂਫ ਨੇ, ਨਹੀਂ ਮਿਲ ਸਕਦੇ, ਇੰਤਜ਼ਾਰ ਕਰੋ, ਅਤੇ ਨਾਲੇ ਇਹ ਤੁਹਾਡਾ ਰੁਕਾ ਤੁਹਾਨੂੰ ਵਾਪਸ ਕੀਤਾ ਸੀ, ਪੜ੍ਹ ਲਓ। ਸ਼ਾਹਜਹਾਂ ਨੇ ਜਦੋਂ ਪੜ੍ਹਿਆ ਕਿ ਉੱਤੇ ਉਹਦੀ ਤਹਿਰੀਰ ਸੀ ਕਿ ਬਰ ਦਰੇ ਦਰਵੇਸ਼ਾਂ ਦਰਬਾ ਨਾ ਭਾਇਤ, ਕਿ ਦਰਵੇਸ਼ੋਂ ਕੇ ਦਰ ਪੇ ਦਰਬਾਨ ਅੱਛਾ ਨਹੀਂ ਲੱਗਤਾ, ਜਦੋਂ ਉਹਨੇ ਥੱਲੇ ਲਿਖਿਆ ਕਿ ਦੇਖਿਆ ਕਿ ਮੀਆਂ ਮੀਰ ਸਾਹਿਬ ਨੇ ਲਿਖਿਆ ਕਿ ਭਾਇਤ ਚੂ ਸਗੇ ਦੁਨੀਆ ਨਾ ਆਇਤ, ਕਿ ਅੱਛਾ ਲੱਗਦਾ ਤਾਂ ਕਿ ਦੁਨੀਆ ਦਾ ਕੁੱਤਾ ਅੰਦਰ ਨਾ ਆਏ, ਪੜ੍ਹ ਕੇ ਉਹ ਇੰਤਹਾਈ ਮੁਤਾਸਰ ਹੋਇਆ ਔਰ ਉੱਥੇ ਹੀ ਕਿਆਮ ਕੀਤਾ ਤਾਂ ਕਿ ਅਸੀਂ ਮੀਆਂ ਮੀਰ ਸਾਹਿਬ ਨੂੰ ਮਿਲ ਸਕੇ। ਫਿਰ ਜਦੋਂ ਉਹਦੀ ਮੁਲਾਕਾਤ ਹੋਈ ਤਾਂ ਉਹ ਐਸਾ ਆਪਦਾ ਗਰਵੀਦਾ ਔਰ ਐਸਾ ਆਪਦਾ ਆਸ਼ਿਕ ਹੋਇਆ ਕਿ ਆਪਦੀ ਬੈਥ ਹੋ। ਇੱਕ ਵਕਤ ਆਇਆ ਕਿ ਸ਼ਾਹਜਹਾਂ ਨੇ ਆਪਣੇ ਬੱਚਿਆਂ ਤੋਂ, ਕਿਉਂਕਿ ਸ਼ਾਹਜਹਾਂ ਦੇ ਚਾਰ ਬੱਚੇ ਸਨ, ਦਾਰਾ ਸ਼ਿਕੋ, ਸ਼ੁਜਾ, ਮੁਰਾਦ ਅਤੇ ਔਰੰਗਜ਼ੇਬ, ਉਹ ਆਪਣੇ ਚਾਰਾਂ ਬੱਚਿਆਂ ਨੂੰ ਲੈ ਕੇ ਆਇਆ ਸਾਈਂ ਮੀਆਂ ਮੀਰ ਸਾਹਿਬ ਦੀ ਖਿਦਮਤ 'ਚ ਅਤੇ ਪੁੱਛਿਆ ਕਿ ਸਾਈਆਂ ਮੈਨੂੰ ਦੱਸੋ ਇਹਨਾਂ 'ਚੋਂ ਅਸੀਂ ਕਿਸ ਬੱਚੇ ਨੂੰ ਆਪਣੇ ਬਾਅਦ ਤਖ਼ਤ ਨਸ਼ੀਨ ਕਰਾਂ। ਆਪਣੇ ਫਰਮਾਇਆ ਬੈਠੋ, ਹਲੇ ਖਾਣਾ ਖਾਓ। ਖਾਣੇ 'ਚ ਜੋ ਵੀ ਸੀ ਆਪ ਸਰਕਾਰ ਨੇ ਪੇਸ਼ ਫਰਮਾਇਆ, ਉਹ ਮਿੱਟੀ ਦੇ ਬਰਤਨ ਉਸ ਵੇਲੇ ਇਸਤੇਮਾਲ ਕੀਤੇ ਜਾਂਦੇ ਸਨ, ਉਹਦੇ 'ਚ ਪੇਸ਼ ਫਰਮਾਇਆ ਤਮਾਮ ਤਰ ਮਾਮਲਾਤ, ਆਪਣੇ ਲੰਗਰ ਕੀਤਾ, ਸਾਰੇ ਮਾਮਲਾਤ ਕੀਤੇ ਅੱਛੇ ਤਰੀਕੇ ਨਾਲ, ਕਿਸੇ ਨੇ ਅੱਧਾ ਖਾਧਾ, ਕਿਸੇ ਨੇ ਥੋੜ੍ਹਾ ਜਿਹਾ ਲੈ ਕੇ ਛੱਡ ਦਿੱਤਾ, ਦਾਰਾ ਸ਼ਿਕੋ ਨੇ ਉਹ ਲੰਗਰ ਪੂਰੇ ਤਰੀਕੇ ਨਾਲ ਖਾਧਾ, ਫਿਰ ਉਹਨੂੰ ਆਪਣੇ ਸਾਈਡਾਂ 'ਚ, ਕਿਉਂਕਿ ਲੰਗਰ ਜੰਮਿਆ ਹੋਇਆ ਸੀ, ਆਪਣਾ ਖੰਜਰ ਨਿਕਾਲਿਆ, ਉਸ ਖੰਜਰ ਨਾਲ ਉਹਨੂੰ ਸਾਫ਼ ਕੀਤਾ, ਉਹਦੇ 'ਚ ਪਾਣੀ ਪਾਇਆ, ਫਿਰ ਉਹਨੂੰ ਸਾਫ਼ ਕੀਤਾ ਔਰ ਪੀ ਗਏ। ਜਦੋਂ ਫਾਰਿਗ ਹੋਏ ਲੰਗਰ ਤੋਂ ਤਾਂ ਸ਼ਾਹਜਹਾਂ ਨੇ ਪੁੱਛਿਆ ਕਿ ਹਜ਼ੂਰ ਤੁਸੀਂ ਕਿਹਦੇ ਵੱਲ ਨਜ਼ਰ ਕੀਤੀ, ਕਿਹਨੂੰ ਮੁੰਤਖਬ ਫਰਮਾਇਆ? ਕਹਿੰਦੇ ਇਹ ਫੈਸਲਾ ਤਾਂ ਲੰਗਰ ਕਰਨ ਲੱਗੇ ਹੋ ਚੁੱਕਿਆ ਸੀ, ਇਹ ਚੀਜ਼ਾਂ ਤਾਂ ਉਦੋਂ ਹੀ ਸਾਹਮਣੇ ਆ ਚੁੱਕੀਆਂ ਸਨ ਕਿ ਕਿਹਨੂੰ ਮੁੰਤਖਬ ਕਰਨਾ ਹੈ। ਆਪਨੇ ਦਾਰਾ ਸ਼ਿਕੋ ਵੱਲ ਇਸ਼ਾਰਾ ਕੀਤਾ ਕਿ ਸ਼ਾਹਜਹਾਂ ਤੋਂ ਬਾਅਦ ਦਾਰਾ ਸ਼ਿਕੋ ਜੋ ਹੈ ਤਖ਼ਤ ਨਸ਼ੀਨ ਹੋਏਗਾ। ਆਪਨੇ ਫੈਸਲਾ ਫਰਮਾਇਆ, ਸ਼ਾਹਜਹਾਂ ਨੇ ਦਾਰਾ ਸ਼ਿਕੋ ਦਾ ਨਾਮ ਅਪੁਆਇੰਟ ਕਰ ਦਿੱਤਾ। ਮਗਰ ਆਹਿਸਤਾ ਆਹਿਸਤਾ ਜਿਹੜੀ ਸੀ ਹਕੂਮਤ ਦੇ ਅੰਦਰ ਬਗਾਵਤ ਫੈਲਦੀ ਗਈ ਔਰ ਬਹੁਤ ਸਾਰੇ ਮਾਮਲਾਤ ਜਿਹੜੇ ਸਨ ਉਹ ਡਿਸਟਰਬ ਹੁੰਦੇ ਗਏ। ਫਿਰ ਸ਼ੁਜਾ ਨੇ ਹਕੂਮਤ 'ਤੇ ਕਬਜ਼ਾ ਕੀਤਾ, ਸ਼ਾਹਜਹਾਂ ਨੂੰ ਜਮਨਾ ਦੇ ਕਿਨਾਰੇ ਆਗਰਾ ਤਾਜ ਮਹਿਲ ਦੇ ਅਪੋਜ਼ਿਟ ਉਹਨਾਂ ਨੂੰ ਬੰਦੀ ਬਣਾ ਦਿੱਤਾ। ਹਜ਼ਰਤ ਮੀਆਂ ਮੀਰ ਦੇ ਬਾਰੇ 'ਚ ਆਪ ਦੇ ਵਕਤ 'ਤੇ ਜਿਹੜੇ ਬਜ਼ੁਰਗਾਨ ਸਨ ਉਹ ਵੀ ਆਪ ਦੀ ਰੂਹਾਨੀ ਕੁਵਤ ਤੋਂ, ਆਪ ਦੇ ਮੁਕਾਮ ਔਰ ਆਪ ਦੀ ਮੰਜ਼ਲਤ ਤੋਂ ਬਹੁਤ ਅੱਛੇ ਤਰੀਕੇ ਨਾਲ ਆਸ਼ਨਾ ਸਨ। ਅੱਜ ਹਜ਼ਰਤ ਮੀਆਂ ਮੀਰ ਸਾਹਿਬ ਨੂੰ ਕਈ ਲੋਕ ਬਾਦਸ਼ਾਹਾਂ ਦਾ ਪੀਰ ਕਹਿ ਕੇ ਵੀ ਯਾਦ ਕਰਦੇ ਨੇ, ਔਰ ਆਪ ਐਸੇ ਫਕੀਰ ਉਲ ਤਬਾਹ ਸਨ ਕਿ ਆਪਨੇ ਕਦੀ ਵੀ ਜ਼ਿੰਦਗੀ 'ਚ ਨਮੂਦੋ ਨਮਾਇਸ਼ ਦਾ ਸਹਾਰਾ ਨਹੀਂ ਲਿੱਤਾ ਸੀ। ਹਜ਼ਰਤ ਮੀਆਂ ਮੀਰ ਸਾਹਿਬ ਦਾ ਮੁਕਾਮ ਅੱਜ ਵੀ ਹਕੂਮਤ 'ਚ ਇਹ ਹੈ ਕਿ ਸਾਡੇ ਦਰਬਾਰ ਦੇ ਬਾਹਰ ਅੱਜ ਵੀ ਲਿਖਿਆ ਹੈ ਕਿ ਹਕੂਮਤ ਦੀ ਮੋਹਰ ਹਜ਼ਰਤ ਮੀਆਂ ਮੀਰ ਸਾਹਿਬ ਲਗਾਉਂਦੇ ਨੇ। ਦੁਨੀਆ ਦੇਖਦੀ ਹੈ ਇਹਦੇ ਨਾਲ ਨਾਲ ਸਾਰੇ ਮਾਮਲਾਤ, ਜਿਹੜੇ ਵੀ ਹੁਕਮਰਾਨ ਬਣਨਾ ਚਾਹੁੰਦਾ ਹੈ, ਜਿਹੜਾ ਵੀ ਪਾਕਿਸਤਾਨ ਦੇ ਮਾਮਲਾਤ 'ਚ ਸ਼ਮੂਲੀਅਤ ਇਖਤਿਆਰ ਕਰਨਾ ਚਾਹੁੰਦਾ ਹੈ ਜਾਂ ਜੋ ਵੀ ਆਪਣੀ ਜ਼ਾਤ ਦੀ ਥੋੜ੍ਹੀ ਸ਼ਮੂਲੀਅਤ ਦੇਣਾ ਚਾਹੁੰਦਾ ਹੈ,
ਹਕੂਮਤ ਦੇ ਮਾਮਲਾ 'ਚ ਸਭ ਤੋਂ ਪਹਿਲੇ ਆ ਕੇ ਮੀਆਂ ਮੀਰ ਸਾਹਿਬ ਦੇ ਦਰ 'ਚ ਹਾਜ਼ਰੀ ਦੇਣ। ਸਾਡੀ ਜਿਹੜੀ ਕੈਬਨਿਟ ਹੈ, ਸਾਡੀ ਜਿਹੜੀ ਅਸੈਂਬਲੀ ਹੈ, ਸਾਰੇ ਇੱਧਰ ਰੈਗੂਲਰ ਵਿਜ਼ਿਟਰ ਨੇ, ਕਿਉਂਕਿ ਆਪ ਸਰਕਾਰ ਦੀ ਕੁਵਤ ਤੋਂ ਬਹੁਤ ਅੱਛੀ ਤਰ੍ਹਾਂ ਆਸ਼ਨਾ ਨੇ ਕਿ ਹਜ਼ਰਤ ਮੀਆਂ ਮੀਰ ਸਾਹਿਬ ਜਿਹਨੂੰ ਚਾਹਣ ਉਹਨੂੰ ਤਖ਼ਤ ਨਸ਼ੀਨ ਵੀ ਕਰ ਸਕਦੇ ਨੇ, ਜਿਹਨੂੰ ਚਾਹਣ ਉਹਨੂੰ ਫਰਸ਼ ਨਸ਼ੀਨ। ਹਰ ਹਾਕਮੇ ਵਕਤ ਹਜ਼ਰਤ ਮੀਆਂ ਮੀਰ ਸਾਹਿਬ ਤੋਂ ਬਹੁਤ ਅਕੀਦਤ ਔਰ ਫੈਜ਼ ਕਰਦਾ ਰਿਹਾ। ਗੁਰੂ ਰਾਮਦਾਸ ਜੀ ਮਹਾਰਾਜ ਆਪ ਲਾਹੌਰ ਚੂਨਾ ਮੰਡੀ ਤਸ਼ਰੀਫ ਫਰਮਾ ਸਨ। ਆਪਨੇ ਲਾਹੌਰ ਦੇ ਮਹਾਜਨਾਂ ਦੀ ਖੁਫੀਆ ਜ਼ੁਬਾਨ, ਜਿਹਨੂੰ ਜ਼ਮਾਨੇ 'ਚ ਲੰਡੇ ਕਿਹਾ ਜਾਂਦਾ ਸੀ, ਉਹਦੇ ਅੰਦਰ ਇਸਲਾਹਾਤ ਪੈਦਾ ਕਰਕੇ ਉਹਨੂੰ ਗੁਰਮੁਖੀ ਦਾ ਰੂਪ ਦਿੱਤਾ। ਆਪ ਲਾਹੌਰ ਚੂਨਾ ਮੰਡੀ ਦੇ ਇਲਾਕੇ 'ਚ ਆਪਦੀ ਵਾਲਦਾ ਆਪ ਨੂੰ ਘੁੰਗਨੀਆਂ ਬਣਾ ਦਿੰਦੀ ਸੀ, ਉਹ ਆਪ ਫਰੋਖਤ ਫਰਮਾ ਕੇ ਆਪਣੇ ਘਰ ਦੀ ਗੁਜ਼ਰ ਬਸਰ ਕਰਵਾਉਂਦੇ ਸੀ। ਇਨਸ਼ਾ ਅੱਲਾ ਜਿਹੜੀ ਸੰਗਤਾਂ ਆਉਂਦੀਆਂ ਨੇ ਉਹਦੇ ਦਰਸ਼ਨ ਪਾਉਂਦੀਆਂ ਨੇ। ਆਪ ਜਦੋਂ ਗੁਰਿਆਈ ਦੀ ਗੱਦੀ 'ਚ ਬਿਰਾਜਮਾਨ ਹੋਏ, ਰੱਬ ਨੇ ਆਪ ਨੂੰ ਗੁਰਿਆਈ ਦੀ ਗੱਦੀ ਦਿੱਤੀ, ਅਤੇ ਮੀਆਂ ਮੀਰ ਸਾਹਿਬ ਨਾਲ ਆਪ ਦੀ ਬਹੁਤ ਜ਼ਿਆਦਾ ਬਿੱਤਰਤਾ ਸੀ, ਬਹੁਤ ਜ਼ਿਆਦਾ ਪਿਆਰ, ਮੁਹੱਬਤ ਔਰ ਉਨਸੀਅਤ ਸੀ। ਹਜ਼ਰਤ ਮੀਆਂ ਮੀਰ ਸਾਹਿਬ ਗੁਰੂ ਰਾਮਦਾਸ ਜੀ ਮਹਾਰਾਜ, ਕਿਉਂਕਿ ਚੂਨਾ ਮੰਡੀ ਆਪ ਦੀ ਰਿਹਾਇਸ਼ ਤੋਂ ਪੈਦਲ ਦੀ ਮੁਸਾਫਿਰ ਸੀ, ਕਿਉਂਕਿ ਜਿੱਥੇ ਇਸ ਟਾਈਮ ਆਕਾ ਕਰੀਮ ਦਾ ਦਰਬਾਰ ਹੈ, ਇੱਥੇ ਤਾਂ ਗੁਰੂ ਹਰਗੋਬਿੰਦ ਜੀ ਮਹਾਰਾਜ ਆਪ ਨੂੰ ਲੈ ਕੇ ਆਏ ਸਨ, ਆਪਦੇ ਹੁਕਮ 'ਚ ਆਪਦੇ ਸਰੀਰ ਨੂੰ ਜਦੋਂ ਆਪ ਚਲਾਣਾ ਕਰ ਗਏ ਸਨ। ਜਦੋਂ ਤੀਕਰ ਹਜ਼ਰਤ ਮੀਆਂ ਮੀਰ ਸਾਹਿਬ ਜ਼ਿੰਦਾ ਰਹੇ ਨੇ, ਆਪ ਸ਼ਹਿਰ 'ਚ ਅਨਾਰਕਲੀ ਦੇ ਕੋਲ ਆਪਦਾ ਹੁਜਰਾ ਮੁਬਾਰਕ ਸੀ, ਜਿੱਥੇ ਆਪ ਰਹਿੰਦੇ ਸਨ, ਜਿੱਥੇ ਬਾਦਸ਼ਾਹ ਅਨਬਖਤ ਔਰ ਸਭ ਉੱਧਰ ਹੀ ਆਉਂਦੇ ਸਨ। ਸੋ ਅਨਾਰਕਲੀ ਤੋਂ ਚੂਨਾ ਮੰਡੀ ਬਿਲਕੁਲ ਐਸਾ ਹੈ ਜਿਸ ਤਰ੍ਹਾਂ ਵਨ ਸਟਰੀਟ ਤੋਂ ਸੈਕਿੰਡ ਤੋਂ ਥਰਡ ਸਟਰੀਟ ਬਿਲਕੁਲ ਨਾਲੋ ਨਾਲ। ਆਪਣੇ ਬੈਠਣਾ, ਆਪਸ 'ਚ ਬਚਣਾ ਦੀ ਸਾਂਝ ਹੋਣੀ, ਮਾਮਲਾਤ ਦੀ ਸਾਂਝ ਹੋਣੀ, ਰੱਬ ਨਾਲ ਮਾਮਲਾਤ ਦੀ ਜਿਹੜੀ ਲੋਅ ਸੀ ਉਹਦੀ ਸਾਂਝ ਹੋਣੀ। ਹਜ਼ਰਤ ਮੀਆਂ ਮੀਰ ਸਾਹਿਬ ਆਪਣੀ ਜ਼ਿੰਦਗੀ 'ਚ ਜਿਹੜੀ ਇਬਾਦਤ ਕਰਦੇ ਸਨ, ਉਹਨੂੰ ਸੂਫੀਆ ਕੀ ਇਸਤਲਾਹ ਮੇ, ਸੂਫੀਆ ਦੀ ਜ਼ੁਬਾਨ 'ਚ ਹਬਸੇ ਦਮ ਫਰਮਾ ਕਹਿੰਦੇ ਸਨ ਕਿ ਸਾਹ ਰੋਕ ਲੈਣਾ, ਜ਼ਿਆਦਾ ਤੋਂ ਜ਼ਿਆਦਾ ਨਾਮ ਲੈਣਾ, ਜ਼ਿਆਦਾ ਤੋਂ ਜ਼ਿਆਦਾ ਨਾਮ ਜਪਣਾ, ਜ਼ਿਆਦਾ ਤੋਂ ਜ਼ਿਆਦਾ ਰੱਬ ਦੇ ਕਰੀਬ ਔਰ ਕੁਰਬ ਇਖਤਿਆਰ ਕਰਨਾ। ਔਰ ਗੁਰੂ ਅਰਜਨ ਦੇਵ ਜੀ ਮਹਾਰਾਜ ਜਦੋਂ ਤਸ਼ਰੀਫ ਲਿਆਉਂਦੇ ਸਨ ਔਰ ਮੀਆਂ ਮੀਰ ਸਾਹਿਬ ਨੂੰ ਇਬਾਦਤ ਕਰਦੇ ਹੋਏ ਦੇਖਦੇ ਸਨ, ਅਤੇ ਉਹ ਦੋਵੇਂ ਫਿਰ ਰਲ ਕੇ ਇਸ ਇਬਾਦਤ ਨੂੰ ਕਰਦੇ ਸਨ, ਕਿਉਂਕਿ ਰੱਬ ਦੀ ਜਿਹੜੀ ਸਾਂਝਤਾ ਹੈ, ਉਹ ਰੱਬ, ਉਹ ਅੱਲਾਹ, ਉਹਦਾ ਨਾਮ ਲੈਂਦੇ ਸਨ ਔਰ ਜ਼ਿਆਦਾ ਤੋਂ ਜ਼ਿਆਦਾ ਆਪਣੇ ਸਾਹ ਨੂੰ ਰੋਕਣਾ। ਹਜ਼ਰਤ ਮੀਆਂ ਮੀਰ ਸਾਹਿਬ ਦਾ ਇਹ ਆਲਮ ਸੀ ਕਿ ਆਪ ਆਪਣੀ ਜਵਾਨੀ ਅਤੇ ਦੌਰ 'ਚ ਆਪਣੀ ਪੂਰੀ ਰਾਤ ਇੱਕ ਸਾਹ ਮੇ ਗੁਜ਼ਾਰਦੇ, ਜਦੋਂ ਜ਼ਈਫ ਹੋਏ ਤਾਂ ਦੋ ਸਾਵਾਂ ਤੀਕਰ ਗੱਲ ਪਹੁੰਚ ਗਈ। ਔਰ ਇਹੀ ਇਬਾਦਤ ਔਰ ਰਿਆਜ਼ਾਤ ਦਾ ਜੋਬਨ, ਜੋ ਸਹੀ ਜੋਬਨ ਪਰਵਾਨ ਕਿਹਾ ਜਾਂਦਾ ਹੈ, ਉਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਅੰਦਰ ਵੀ ਮੌਜੂਦ ਸੀ। ਜਦ ਆਪ ਗੁਰਿਆਈ ਦੀ ਗੱਦੀ 'ਤੇ ਬੈਠੇ, ਕਿ ਗੁਰੂ ਰਾਮਦਾਸ ਜੀ ਮਹਾਰਾਜ ਨੇ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰੱਖਣਾ ਸੀ, ਅਤੇ ਹਜ਼ਰਤ ਮੀਆਂ ਮੀਰ ਸਾਹਿਬ ਨੂੰ ਬੁਲਾਇਆ ਗਿਆ ਔਰ ਹਜ਼ਰਤ ਮੀਆਂ ਮੀਰ ਸਾਹਿਬ ਨੇ ਆਪ ਜੀ ਦੇ ਫਰਮਾਨ 'ਚ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰੱਖਿਆ, ਕਿਉਂਕਿ ਖਵਾਹਿਸ਼ ਤਾਂ ਗੁਰੂ ਰਾਮਦਾਸ ਜੀ ਮਹਾਰਾਜ ਦੀ ਸੀ, ਮਗਰ ਆਪ ਦੇ ਦੌਰ 'ਚ ਅਕਬਰ ਨੇ ਹੁਕਮਨਾਮਾ ਜਾਰੀ ਕਰ ਦਿੱਤਾ ਕਿ ਅੱਜ ਤੋਂ ਬਾਅਦ ਬਲਾਦ ਹਿੰਦੁਸਤਾਨ 'ਚ ਕੋਈ ਮਸਜਿਦ, ਮੰਦਰ ਜਾਂ ਇਬਾਦਤ ਖਾਨਾ ਨਹੀਂ ਬਣੇ। ਅਤੇ ਮੀਆਂ ਮੀਰ ਸਾਹਿਬ ਨੇ ਫਰਮਾਇਆ ਕਿ ਕਿਉਂ ਨਹੀਂ ਬਣੇਗਾ, ਅਤੇ ਸਭ ਜਾਣਦੇ ਸਨ ਕਿ ਪੀਰੋ ਮੁਰਸ਼ਦ ਇੱਕ ਕੰਮ ਕਰੇ ਅਤੇ ਮੁਰੀਦ ਦੀ ਮਿਜਾਲ ਨਹੀਂ ਹੈ ਕਿ ਅੱਖ ਪੁੱਟ ਕੇ ਵੀ ਉਸ ਪਾਸੇ ਵੇਖ ਸਕੇ। ਹਜ਼ਰਤ ਮੀਆਂ ਮੀਰ ਸਾਹਿਬ ਨੇ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰੱਖਿਆ ਔਰ ਉਸ ਸਮੇਂ 'ਚ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬੜੇ ਪਿਆਰ ਔਰ ਸਤਿਕਾਰ ਨਾਲ ਆਪਣੇ ਕੋਤਰ ਸੋਤ ਜਥੇ ਦੇ ਨਾਲ ਹਜ਼ਰਤ ਮੀਆਂ ਮੀਰ ਸਾਹਿਬ ਨੂੰ ਤਲਬ ਕੀਤਾ ਸੀ। ਆਪ ਨੂੰ ਉੱਥੇ ਹਰਿਮੰਦਰ ਸਾਹਿਬ ਰੱਖਿਆ, ਅਤੇ ਆਪ ਦੇ ਨਾਲ ਜਿਸ ਤਰ੍ਹਾਂ ਆਪਣੇ ਸਿੱਖਾਂ 'ਚ ਨਿਹੰਗ ਜਥੇਬੰਦੀਆਂ ਹੁੰਦੀਆਂ ਨੇ, ਸਾਡੇ ਇੱਥੇ ਦੇਖੋ ਦਰਬਾਰ 'ਚ ਮਲੰਗ ਹੁੰਦੇ, ਇਹ ਜਲੀਆਂ ਪਾਉਂਦੇ ਨੇ, ਇਹ ਰੱਬ ਨੂੰ ਯਾਦ ਕਰਦੇ ਨੇ ਆਪਣੀ ਇੱਕ ਕੈਫੀਆਤ ਦੇ ਅੰਦਰ, ਇੱਕ ਸਮਾਂ ਦੇ ਅੰਦਰ, ਕਿ ਬਸ ਉਸ ਵਕਤ ਸਭ ਦੁਨੀਆਂ ਨੂੰ ਭੁੱਲ ਕੇ ਸਿਰਫ ਰੱਬ ਨਾਲ ਇੱਕ ਲੋਅ ਲੱਗੀ ਹੁੰਦੀ ਹੈ, ਰੱਬ ਦੇ ਨਾਲ ਇੱਕ ਮਾਮਲਾਤ ਹੁੰਦੇ ਨੇ। ਅਤੇ ਸਾਈਂ ਜੀ ਦੇ ਨਾਲ ਜਿਹੜੇ ਮਲੰਗ ਜਾਂਦੇ ਸਨ, ਉਹ ਫਿਰ ਹਰਿਮੰਦਰ ਸਾਹਿਬ ਦੇ ਨਾਲ ਹੀ ਜਗ੍ਹਾ ਸੀ, ਖੂਬਸੂਰਤ ਬਗੀਚਾ ਜਿਹਾ ਹੈਗਾ ਸੀ, ਉੱਥੇ ਜਾ ਕੇ ਰੱਬ ਦਾ ਨਾਮ ਜਪਦੇ ਸਨ, ਉੱਥੇ ਜਾ ਕੇ ਜਲੀਆਂ ਪਾਣੀ, ਉੱਥੇ ਜਾ ਕੇ ਰੱਬ ਦਾ ਨਾਮ ਜਪਣਾ ਆਪਣੇ ਤਰੀਕੇ ਨਾਲ, ਉੱਥੇ ਰਕਸ ਕਰਨਾ ਜਿਹਨੂੰ ਰਕਸੇ ਦਰਵੇਸ਼ਾਂ ਦੇ ਨਾਮ ਤੋਂ ਵੀ ਯਾਦ ਕੀਤਾ ਜਾਂਦਾ, ਤਮਾਮ ਤਰ ਮਾਮਲਾਤ ਕਰਨੇ ਅੱਛੇ ਤੋਂ ਅੱਛੇ ਅੰਦਾਜ਼, ਅਤੇ ਫਿਰ ਉਹਨਾਂ ਜਲੀਆਂ ਅਤੇ ਉਹਨਾਂ ਸਾਰੀਆਂ ਚੀਜ਼ਾਂ ਦੀ ਵਜੂਹਾਤ 'ਤੇ ਉਸ ਬਾਗ ਨੂੰ ਫਿਰ ਜਲਿਆਂ ਵਾਲਾ ਬਾਗ ਦੇ ਨਾਮ ਤੋਂ ਯਾਦ ਕੀਤਾ। ਸਾਈਂ ਮੀਆਂ ਮੀਰ ਸਾਹਿਬ ਜਦੋਂ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰੱਖਣ ਗਏ ਸਨ, ਅਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਾਰੀ ਸੰਗਤ ਨੂੰ ਹੁਕਮ ਦਿੱਤਾ ਕਿ ਸਾਈਂ ਜੀ ਨੂੰ ਆਪ ਨੂੰ ਨਜ਼ਰਾਨਾ ਭੇਟ ਕਰੇ, ਅਤੇ ਸਭ ਨੂੰ ਜਿਹਨੂੰ ਜੋ ਬਣ ਸਕਦਾ ਸੀ, ਕਿਉਂਕਿ ਸੰਗਤ ਉਸ ਵੇਲੇ ਕੋਈ ਇੰਨੀ ਸਟਰੋਂਗ ਤਾਂ ਹੈ ਨਹੀਂ ਸੀ, ਮਗਰ ਦਿਲ ਸਾਰਿਆਂ ਦੇ ਮਜ਼ਬੂਤ ਸਨ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਭ ਤੋਂ ਪਹਿਲੇ ਆਪਣੇ ਹੱਥ ਵਾਲਾ ਸਿਮਰਨਾ, ਉਹ ਇਲਾਹੀ ਸਿਮਰਨਾ ਜਿਹਦੇ ਨਾਲ ਆਪ ਰੱਬ ਦਾ ਜਾਪ ਕਰਦੇ ਸਨ, ਉਹ ਆਪ ਜੀ ਨੂੰ ਪੇਸ਼ ਕੀਤਾ। ਆਪ ਨੇ ਬਸਤ ਸ਼ੌਕ
ਉਹਨੂੰ ਕਬੂਲ ਕੀਤਾ। ਮਾਤਾ ਗੰਗਾ ਜੀ ਨੇ ਆਪਣੇ ਗਲ ਦਾ ਹਾਰ ਜਿਹੜਾ ਅਣਘੜਤ ਨੀਲਮ ਦਾ ਬਣਿਆ ਹੋਇਆ ਉਹ ਪੇਸ਼ ਕੀਤਾ, ਆਪਨੇ ਕਬੂਲ ਕੀਤਾ। ਬਾਬਾ ਬੁੱਢਾ ਜੀ ਨੇ ਆਪਣਾ ਖੁੰਡਾ ਦਿੱਤਾ ਜਿਹੜਾ ਚਾਂਦੀ ਨਾਲ ਬਣਿਆ ਸੀ, ਉਸ ਵੇਲੇ ਬੜੀ ਬਾਤ ਸੀ ਜਿਹੜਾ ਆਪ ਨੂੰ ਕਿਸੇ ਹਿੰਦੂ ਰਾਜੇ ਨੇ ਦਿੱਤਾ ਸੀ। ਸਾਰੀ ਸੰਗਤ ਨੇ ਚੀਜ਼ਾਂ ਦਿੱਤੀਆਂ ਅਤੇ ਮੀਆਂ ਮੀਰ ਸਾਹਿਬ ਨੇ ਉਹ ਜ਼ਿਆਦਾਤਰ ਚੀਜ਼ਾਂ ਜਿਹੜੀਆਂ ਸਨ ਉਹ ਜਿਹੜੀਆਂ ਹਰਿਮੰਦਰ ਸਾਹਿਬ ਦੇ ਕੰਮ ਵਾਸਤੇ ਵਕਫ ਕਰ ਦਿੱਤੀਆਂ ਕਿ ਮੇਰੇ ਵੱਲੋਂ ਮੈਂ ਤੁਹਾਡੇ ਵੱਲੋਂ ਕਬੂਲ ਕੀਤੀਆਂ, ਤੁਸੀਂ ਮੇਰੇ ਵੱਲੋਂ ਇਹਨੂੰ ਸੰਗਤ ਦੀ ਸੇਵਾ 'ਚ ਲਗਾਓ। ਹਜ਼ਰਤ ਮੀਆਂ ਮੀਰ ਸਾਹਿਬ ਕੀ ਖਿਦਮਾਤ ਦੀ ਔਰ ਇਹਨਾਂ ਸਾਰੀਆਂ ਚੀਜ਼ਾਂ ਦੀ ਉਹ ਨਿਸ਼ਾਨੀ ਆਪ ਜੀ ਨੇ ਹਮੇਸ਼ਾ ਸਾਂਭ ਕੇ ਰੱਖੀ। ਇਹਦੇ ਨਾਲ ਨਾਲ ਮੈਂ ਆਪ ਸਭ ਦੇ ਨਾਲ ਹਜ਼ਰਤ ਮੀਆਂ ਮੀਰ ਸਾਹਿਬ ਦਾ ਇੱਕ ਵਾਕਿਆ ਸ਼ੇਅਰ ਕਰਨਾ। ਇੱਕ ਦਫ਼ਾ ਲਾਹੌਰ ਸ਼ਹਿਰ ਦੇ ਅੰਦਰ ਹਵਾ ਚੱਲੀ ਆਸ਼ੋਬੇ ਚਸ਼ਮ, ਉਹ ਅੱਖਾਂ ਦੀ ਬਿਮਾਰੀ ਆਉਂਦੀ ਜਿਹਦੇ ਨਾਲ ਅੱਖਾਂ ਉਤਰ ਜਾਂਦੀਆਂ, ਯਾਨੀ ਕਿ ਪਰਦਾ ਜਿਹਾ ਥੱਲੇ ਆ ਜਾਂਦਾ। ਉਹ ਚੱਲੀ, ਬੜੀ ਹਨੇਰੀ ਸੀ, ਬੜੇ ਮਾਮਲਾ ਸਨ, ਆਸ਼ੋਬੇ ਚਸ਼ਮ ਦੀ ਬਿਮਾਰੀ ਫੈਲ ਗਈ। ਲੋਕਾਂ ਨੇ ਸਾਈਂ ਜੀ ਕੋਲ ਆਉਣਾ, ਆਪ ਜੀ ਕੋਲੋਂ ਦਮ ਕਰਵਾਉਣਾ, ਦੁਆ ਕਰਵਾਉਣੀ, ਅੱਲਾ ਸ਼ਿਫਾ ਦਿੰਦਾ। ਇੱਕ ਵਕਤ ਆਇਆ ਜਦੋਂ ਲਾਹੌਰ 'ਚ ਆਸ਼ੋਬੇ ਚਸ਼ਮ ਦੀ ਬਿਮਾਰੀ ਬਹੁਤ ਜ਼ਿਆਦਾ ਫੈਲ ਗਈ, ਉਹਦੀ ਜ਼ਦ 'ਚ ਤਕਰੀਬਨ ਬਹੁਤ ਜ਼ਿਆਦਾ ਦੁਨੀਆ ਆਈ। ਹਜ਼ਰਤ ਮੀਆਂ ਮੀਰ ਸਾਹਿਬ ਨੇ ਸਭ ਨੂੰ ਵਾਸਤੇ ਦੁਆ ਕੀਤੀ, ਲੋਕ ਦੁਨੀਆ ਨੇ ਆਉਣਾ, ਫੈਜ਼ਯਾਬ ਹੋ ਕੇ ਜਾਣਾ। ਉਹਦੇ ਨਾਲ ਨਾਲ ਇੱਕ ਵਕਤ ਐਸਾ ਆਇਆ ਕਿ ਮੀਆਂ ਮੀਰ ਸਾਹਿਬ ਨੂੰ ਖੁਦ ਆਸ਼ੋਬੇ ਚਸ਼ਮ 'ਚ ਮੁਬਤਲਾ ਹੋ ਗਏ, ਔਰ ਇਸ ਕਦਰ ਬਿਮਾਰੀ ਦਾ ਗਲਬਾ ਸੀ, ਇਸ ਕਦਰ ਬਿਮਾਰੀ ਦਾ ਜ਼ੋਰ ਸੀ ਕਿ ਆਪ ਕੋਲ ਦੇਖਿਆ ਵੀ ਨਹੀਂ ਜਾਂਦਾ। ਆਪ ਦੀ ਇਹ ਕੈਫੀਅਤ ਸੁਣ ਕੇ ਆਪ ਦੀ ਵਾਲਦਾ ਤਸ਼ਰੀਫ ਲਿਆਏ। ਮਾਂ ਦਾ ਦਿਲ ਸੀ, ਮੋਮ ਹੀ ਹੁੰਦਾ ਹੈ, ਅਤੇ ਫਰਮਾਇਆ ਤੁਸੀਂ ਆਪਣੇ ਵਾਸਤੇ ਦੁਆ ਕਿਉਂ ਨਹੀਂ ਕਰਦੇ, ਤੁਸੀਂ ਸਾਰੀ ਦੁਨੀਆ ਨੂੰ ਸ਼ਿਫਾ ਵੰਡ ਰਹੇ ਹੋ, ਤੁਸੀਂ ਆਪਣੇ ਵਾਸਤੇ ਰੱਬ ਨੂੰ ਕਿਉਂ ਨਹੀਂ ਕਹਿੰਦੇ। ਆਪਨੇ ਕਿਹਾ ਜੀ ਰੱਬ ਜਿਹੜੇ ਹਾਲ 'ਚ ਰੱਖੇ ਉਸ ਹਾਲ 'ਚ ਮੈਂ ਰਾਜ਼ੀ ਹਾਂ। ਉਹ ਕਿਆ ਖੂਬ ਕਿਸੇ ਸ਼ਾਇਰ ਨੇ ਕਿਹਾ ਹੈ ਕਿ ਜੇ ਸੋਨਾ ਮੇਰੇ ਦੁੱਖ ਵਿੱਚ ਰਾਜ਼ੀ ਤਾਂ ਮੈਂ ਸੁੱਖ ਨੂੰ ਚੁੱਲ੍ਹੇ ਡਾਵਾਂ। ਤੇ ਵੱਡੀਆਂ ਮੇਰਾ ਵਾਲਿਆ ਦਾਤਾ ਅਰਬ ਗਰੀਬ ਨਵਾਦਾ ਤੇ ਆਪਣੇ ਫਜ਼ਲ ਕਰਮ ਥੀ ਖੋਲੀ ਤੇ ਆਪਣੇ ਫਜ਼ਲ ਕਰਮ ਥੀ ਖੋਲੀ ਸਾਈਆਂ ਰਹਿਮਤ ਦਾ ਆ ਦਰਵਾਜ਼ਾ। ਥੋੜ੍ਹੀ ਦੇਰ ਬਾਅਦ ਇੱਕ ਬੀਬੀ ਆਈ, ਉਹਨੇ ਕਿਹਾ ਕਿ ਮੇਰੇ ਬੇਟੇ ਵਾਸਤੇ ਦੁਆ ਕਰੋ, ਉਹਨੂੰ ਆਸ਼ੋਬੇ ਚਸ਼ਮ ਬਹੁਤ ਬੁਰੇ ਤਰੀਕੇ ਨਾਲ ਮੁਬਤਲਾ ਹੈ, ਇੱਥੋਂ ਤੀਕਰ ਕਿ ਹੁਣ ਉਹਨੂੰ ਨਜ਼ਰ ਆਉਣਾ ਬੰਦ ਹੋ ਗਿਆ। ਆਪਨੇ ਹੱਥ ਉਠਾਏ ਬਾਰਗਾਹ 'ਚ, ਰੱਬ ਦੇ ਗਾੜੀ ਅਰਦਾਸ ਕੀਤੀ, ਦੁਆ ਕੀਤੀ, ਪਰਵਰਦਿਗਾਰ ਆਲਮ ਇਸ ਬੀਬੀ ਦੇ ਬੱਚੇ ਨੂੰ ਸ਼ਿਫਾ ਅਤਾ ਫਰਮਾ। ਕਿ ਕੁਛ ਹੀ ਪਲ ਗੁਜ਼ਰੇ ਹੋਣੇ ਨੇ ਅਤੇ ਖੁਦ ਆਕਾ ਕਰੀਮ ਨੂੰ ਸਾਈਂ ਅਜ਼ਮ ਮੀਆਂ ਮੀਰ ਸਾਹਿਬ ਨੂੰ ਸ਼ਿਫਾ ਹੋਣੀ ਸ਼ੁਰੂ, ਕਿ ਆਪ ਦੀ ਬਿਨਾਈ ਬਹਾਲ ਹੋਣਾ ਸ਼ੁਰੂ ਹੋ ਗਈ। ਅਤੇ ਆਪ ਉਸ ਦਿਨ ਇਸ ਬੀਬੀ ਕੋ ਦੇਖਿਆ, ਜਦੋਂ ਦੇਖਿਆ ਤਾਂ ਪੁੱਛਿਆ ਬੀਬੀ ਕੌਣ, ਅਤੇ ਆਪਨੇ ਫਰਮਾਇਆ ਕਿ ਮੈਂ ਤੇਰੀ ਵਾਲਦਾ। ਇਹ ਮੁਕਾਮ ਸੀ, ਇਹ ਤਸਰਫ ਸੀ ਹਜ਼ਰਤ ਮੀਆਂ ਮੀਰ ਸਾਹਿਬ ਦਾ। ਬਹੁਤ ਸਾਰੇ ਮਾਮਲਾਤ ਹਜ਼ਰਤ ਮੀਆਂ ਮੀਰ ਸਾਹਿਬ ਨੇ ਖਲਕੇ ਖੁਦਾ ਦੀ ਵਾਸਤੇ ਅੰਜਾਮ ਦਿੱਤੇ। ਹਜ਼ਰਤ ਮੀਆਂ ਮੀਰ ਸਾਹਿਬ ਗੁਰੂਆਂ ਦੀ ਬਹੁਤ, ਗੁਰੂ ਸਾਹਿਬਾਨ ਦੀ ਬਹੁਤ ਸੋਹਣੀ ਮਿੱਤਰਤਾ ਸੀ। ਇਸ ਮਿੱਤਰਤਾ ਦੀ ਸਾਂਝ, ਉਸ ਰੱਬ ਦੇ ਨਾਲ ਪਿਆਰ ਸੀ, ਉਸ ਰੱਬ ਦੀ ਤਾਰੀਫ ਸੀ, ਉਹਦੀ ਹਮਦੋ ਸਨਾ ਸੀ। ਹਜ਼ਰਤ ਮੀਆਂ ਮੀਰ ਸਾਹਿਬ ਨੇ ਹਮੇਸ਼ਾ ਗੁਰੂ ਸਾਹਿਬਾਨ ਨੂੰ ਹਮੇਸ਼ਾ ਬਹੁਤ ਬੁਲੰਦ ਔਰ ਖਾਸ ਦਰਜਾ ਔਰ ਮੁਕਾਮ ਦਿੱਤਾ। ਉਹਨਾਂ ਨੂੰ ਆਪਣੀ ਮਿੱਤਰਤਾ ਦੇ ਨਾਲ ਇੰਤਹਾਈ ਅਦਬ ਦਾ ਇੰਤਹਾਈ ਅੱਛਾ ਮੁਕਾਮ ਦਿੱਤਾ। ਇੱਥੋਂ ਤੀਕਰ ਕਿ ਜਿਸ ਤਰ੍ਹਾਂ ਸਾਡੇ ਘਰ ਕੋਈ ਮਹਿਮਾਨ ਆ ਜਾਵੇ ਅਤੇ ਉਹਦੇ ਵਾਸਤੇ ਸੋਨੇ ਤੋਂ ਸੋਨੇ ਬਰਤਨ ਕੱਢੇ ਜਾਂਦੇ ਨੇ, ਜੋ ਆਪਣੇ ਕੋਲ ਮੌਜੂਦ ਹੁੰਦਾ ਹਸਬੇ ਤੌਫੀਕ ਪੇਸ਼ ਕੀਤਾ ਜਾਂਦਾ, ਜਦੋਂ ਵੀ ਗੁਰੂ ਸਾਹਿਬਾਨ ਆਉਣਾ ਉਹਨਾਂ ਦੇ ਵਾਸਤੇ ਖਾਸ ਬਰਤਨਾਂ ਦੇ ਅੰਦਰ ਖਾਸ ਪਕਵਾਨ ਤਿਆਰ ਹੋਣੇ, ਜੋ ਆਪਣੇ ਸਰਵਨ ਕਰਨੇ, ਖਾਣੇ ਸਾਰੇ ਮਾਮਲਾ ਸੋਨੇ ਤਰੀਕੇ ਨਾਲ ਕਰਨੇ। ਹਜ਼ਰਤ ਮੀਆਂ ਮੀਰ ਸਾਹਿਬ ਆਪ ਦੀ ਤਾਲੀਮਾਤ ਰੋਜ਼ੇ ਰੋਸ਼ਨ ਦੀ ਤਰ੍ਹਾਂ ਆਇਆ ਨੇ। ਆਪ ਫਰਮਾਉਂਦੇ ਹੁੰਦੇ ਸਨ, ਕਰਨੀ ਪ੍ਰਵਾਨ ਕਿਆ ਹਿੰਦੂ ਕਿਆ ਮੁਸਲਮਾਨ, ਜਾਣਾ ਤਾਂ ਇੱਕ ਰੱਬ ਵੱਲ ਹੈ ਸਾਰਿਆਂ ਨੇ, ਅਤੇ ਜੋ ਰੱਬ ਦੀ ਬਾਰਗਾਹ ਦਾ ਰਸਤਾ ਲੱਭੇਗਾ ਪਰਵਰਦਿਗਾਰੇ ਆਲਮ ਤੱਕ, ਉਸ ਖਾਲਤ ਹਕੀਕੀ ਤੱਕ, ਉਸ ਵਾਹਿਦ ਓ ਯਕਤਾ ਤੱਕ ਪਹੁੰਚਣ ਦਾ ਰਸਤਾ ਤਲਬ ਕਰੇਗਾ, ਉਹਨੂੰ ਰੱਬ ਆਪਣਾ ਰਾਹ ਦੇਗਾ ਹੀ ਦੇ। ਸੋ ਦੋਸਤੋ, ਸਾਨੂੰ ਹਮੇਸ਼ਾ ਬਜ਼ੁਰਗਾਂ ਦੀ ਤਾਲੀਮਾਤ 'ਚ ਅਮਲ ਪੈਰਾ ਰਹਿਣਾ ਚਾਹੀਦਾ ਹੈ, ਔਰ ਇਹਨਾਂ ਤਮਾਮ ਤਰ ਮਾਮਲਾਤ ਨੂੰ ਆਪਣੀ ਜ਼ਿੰਦਗੀ 'ਚ ਨਾਫਿਜ਼ ਕਰਨਾ ਚਾਹੀਦਾ। ਜਦੋਂ ਗੁਰੂ ਜੀ ਸਾਹਿਬ ਨੇ ਆਪ 'ਤੇ ਰੱਬ ਵੱਲੋਂ ਉਹ ਇਲਾਹੀ ਮਾਮਲਾਤ ਲੈ ਕੇ ਹੀ ਆਏ ਸਨ, ਮਗਰ ਜਦੋਂ ਆਪਨੇ ਮੀਰੀ ਪੀਰੀ ਦੀ ਕਿਰਪਾਨਾ ਪਾਈਆਂ ਅਤੇ ਉਸ ਵਜੋਂ ਬਾਦਸ਼ਾਹ ਵਕਤ ਨੇ, ਉਹਦੇ ਵਜ਼ੀਰਾਂ ਵਗੈਰਾ ਨੇ ਆਪ ਜੀ ਨੂੰ ਬੰਦੀ ਬਣਾ ਲਿਆ। ਆਪ ਜੀ ਨੂੰ ਬੰਦੀ ਬਣਾ ਕੇ ਗਵਾਲੀਆਰ ਦੀ ਜੇਲ੍ਹ, ਜਿਹੜੀ ਉਸ ਵਕਤ ਦੀ ਬੜੀ ਮਸ਼ਹੂਰ ਪ੍ਰਿਜ਼ਨ ਸੀ,
ਉਹਦੇ 'ਚ ਆਪ ਜੀ ਨੂੰ ਕੈਦ ਕਰ ਦਿੱਤਾ। ਬਾਬਾ ਬੁੜਾ ਜੀ ਦਾ ਸਮਾਂ ਸੀ, ਹੋਰ ਦੂਜੇ ਗੁਰਸਿੱਖ ਪਿਆਰੇ ਸਨ, ਬਹੁਤ ਪਿਆਰ ਵਾਲੇ, ਜਿਹੜੇ ਗੁਰੂ ਜੀ ਵਾਸਤੇ ਹਮੇਸ਼ਾ ਆਪਣੀ ਜਾਨ ਮਾਰਨ ਤੀਕਰ ਤਿਆਰ ਹੁੰਦੇ ਸਨ। ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਕਿ ਆਪ ਨੂੰ ਛੁਡਵਾਇਆ ਜਾ ਸਕੇ, ਮਗਰ ਉਹ ਕੋਸ਼ਿਸ਼ਾਂ ਕਾਰਗਰ ਨਾ ਹੋਈਆਂ। ਬਾਬਾ ਬੁੱਢਾ ਜੀ ਨੇ ਸੰਗਤ ਨੂੰ ਲੈ ਕੇ ਜਾਣਾ, ਗਵਾਲੀਅਰ ਦੀ ਜੇਲ੍ਹ ਤੋਂ ਬਾਹਰ ਉਦਾਸੀਆਂ ਪੜ੍ਹ ਕੇ ਆ ਜਾਣਾ, ਉਹਨਾਂ ਨੂੰ ਯਾਦ ਕਰਕੇ ਆ ਜਾਣਾ। ਫਿਰ ਇੱਕ ਵਕਤ ਆਇਆ ਜਦੋਂ ਗੁਰੂ ਜੀ ਸਾਹਿਬ ਜੇਲ੍ਹ 'ਚ ਬਿਮਾਰ ਹੋ ਗਏ, ਔਰ ਆਪ ਦੀ ਕੈਦ ਦਾ ਜਦੋਂ ਸਾਈ ਹਜ਼ਮ ਮੀਆਂ ਮੀਰ ਸਾਹਿਬ ਨੂੰ ਪਤਾ ਚੱਲਿਆ, ਆਪ ਫੌਰੀ ਤੌਰ 'ਤੇ ਦਰਬਾਰ ਪਹੁੰਚੇ ਔਰ ਆਪ ਜੀ ਦੀ ਰਿਹਾਈ ਦਾ ਪਰਵਾਨਾ ਲੈ ਕੇ ਖੁਦ ਗਵਾਲੀਅਰ ਤਸ਼ਰੀਫ ਲੈ ਗਏ ਔਰ ਗੁਰੂ ਜੀ ਨੂੰ ਉਧਰੋਂ ਰਿਹਾਈ ਦਵਾ ਕੇ ਆਪ ਤਸ਼ਰੀਫ ਲਿਆ ਰਹੇ ਸਨ। ਅਤੇ ਰਸਤੇ 'ਚ ਇੱਕ ਮੁਕਾਮ 'ਚ ਬਾਬਾ ਬੁੱਢਾ ਜੀ ਔਰ ਦੂਸਰੇ ਸੰਗਤ ਗੁਰੂ ਜੀ ਮਹਾਰਾਜ ਕੋਲ ਦੀਆ ਲੈ ਕੇ ਆਏ। ਉਹਨਾਂ ਨੇ ਕਿਹਾ ਜੀ ਕਿ ਸਾਡੀ ਖੁਆਇਸ਼ ਹੈ ਕਿ ਆਪ ਦੀ ਰਿਹਾਈ ਦੀ ਖੁਸ਼ੀ 'ਚ ਅਸੀਂ ਚਰਾਗਾ ਕਰੀਏ, ਆਪ ਮਿਹਰਬਾਨੀ ਫਰਮਾਓ, ਇਹ ਇੱਕ ਦੀਵਾ ਰੋਸ਼ਨ ਕਰ ਦਿਓ, ਇੱਕ ਜੋਤ ਰੋਸ਼ਨ ਕਰ ਦਿਓ, ਇਹਦੇ ਨਾਲ ਅਸੀਂ ਬਾਕੀ ਸਾਰੀ ਜੋਤਾਂ ਰੋਸ਼ਨ ਕਰ ਦੇਵਾਂਗੇ। ਆਪਨੇ ਫਰਮਾਇਆ ਕਿ ਇਹਨੂੰ ਰੋਸ਼ਨ ਕਰਨ ਦੇ ਅਸਲ ਹੱਕਦਾਰ ਸਾਈ ਮੀਆਂ ਮੀਰ ਸਾਹਿਬ ਨੇ, ਜਿਨ੍ਹਾਂ ਦੇ ਕਾਰਨ ਅੱਜ ਤੁਸੀਂ ਇਹ ਖੁਸ਼ੀਆਂ ਮਨਾ ਰਹੇ ਹੋ। ਅਤੇ ਆਪਨੇ ਉਹ ਚਿਰਾਗ ਆਪਣੇ ਹੱਥ 'ਚ ਲਿੱਤਾ, ਸਾਈ ਮੀਆਂ ਮੀਰ ਸਾਹਿਬ ਵੱਲ ਵਧਾ ਦਿੱਤਾ। ਸਾਈ ਮੀਆਂ ਮੀਰ ਸਾਹਿਬ ਨੇ ਉਹ ਚਿਰਾਗ ਰੋਸ਼ਨ ਕੀਤਾ ਅਤੇ ਅੱਜ ਵੀ ਮੇਰੇ ਸਾਈ ਮੇਰੇ ਆਕਾ ਸਾਈ ਮੀਆਂ ਮੀਰ ਸਾਹਿਬ ਦੇ ਹੱਥ ਦਾ ਉਹ ਚੱਲਿਆ ਹੋਇਆ ਚਿਰਾਗ, ਉਹ ਜੋਤ ਅੱਜ ਵੀ ਹਰਿਮੰਦਰ ਸਾਹਿਬ 'ਤੇ ਉਸੇ ਤਰ੍ਹਾਂ ਚੱਲ ਰਹੀ ਹੈ। ਬੋਲੇ ਸੋਨਿਆ ਸਤਿ ਸ਼੍ਰੀ ਅਕਾਲ।